भवानीगढ़ सुनाम मुख मार्ग से भयानक सड़क हादसा वापरने की खबर सामने आई है, जिस विच एक मोटरसाइकिल सवार नौजवान की मौके पर ही मौत हो गई। यह नौजवान बाइक से सवार होकर झनेड़ी के भवानीगढ़ कोई समान लैन गया सी अते इस दौरान सुनाम वाली साइड तो आ रहा एक टिप्पर मोटरसाइकिल घसीटदा दूर तक लै गया, जिस दौरान नौजवान टिप्पर हेठा आ गया तो बुरी तरह जख्मी हो गया तो इस दौरान उसकी मौत हो गई। भड़ के लोगों ने रोड जाम कर लिया। बीती रात भवानीगढ़ सुनाम मुख मार्ग से एक भयानक सड़क हादसे में एक नौजवान की मौत हो गई। इस संबंधी जानकारी देंदिया पिंड वासियों ने दस्सिया कि 25 साल का अमृत सिंह बीती रात काम तो आके घर का समान लैण लई भवानीगढ़ जा रहा सी, जिस दौरान टिप्पर ने उसनू दरड़ के रख दिता। साडे पिंड का एक गरीब मजदूर रात अपना दिहाड़ी का कम नमेड़ के अपने परिवार वास्ते पिंडों भवानीगढ़ सौदा लैण वास्ते जा रहा थी। ਤਾਂ ਜਦੋਂ ਇਹ ਰੋਡ ਦੇ ਉੱਤੇ ਚੜ੍ਹਿਆ ਤਾਂ ਪਿੱਛੋਂ ਇੱਕ ਟਿੱਪਰ ਆ ਰਿਹਾ ਸੀ, ਉਹ ਮਿੱਟੀ ਦਾ ਭਰਿਆ ਹੋਇਆ ਟਿੱਪਰ ਸੀਗਾ। ਉਸ ਟਿੱਪਰ ਵਾਲੇ ਨੇ ਪਤਾ ਨਹੀਂ ਕਿਹਾ ਜਾਂ ਨਸ਼ਾ ਖਾਧਾ ਹੋਇਆ ਸੀਗਾ ਵੀ ਉਸ ਬੱਚੇ ਨੂੰ ਥਈ ਲਤੜ ਦਿੱਤਾ ਅਤੇ ਮੌਕੇ 'ਤੇ ਹੀ ਬੱਚੇ ਦੀ ਜਿਹੜੀ ਮੌਤ ਹੋ ਗਈ। ਜਦੋਂ ਪਿੰਡ ਦੇ ਵਿੱਚ ਪਤਾ ਲੱਗਿਆ ਤਾਂ ਸਾਰਾ ਪਿੰਡ ਇੱਕੇਦਮ ਇਸ ਰੋਡ 'ਤੇ ਪਹੁੰਚਿਆ। ਪਰ ਰਾਤ ਇਹ ਘਟਨਾ ਰਾਤ 7:30 ਵਜੇ ਦੀ ਹੈ, 7:30 ਵਜੇ ਤੋਂ ਲੈ ਕੇ ਸਾਰੀ ਰਾਤ ਦਾ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਇਹ ਮਸਲਾ ਹੱਲ ਨਹੀਂ ਕਰ ਸਕਿਆ। ਆਪਦੇ ਰੋਡ ਖਲਾਉਣ ਦੀਆਂ ਗੱਲਾਂ ਕਰੀ ਜਾ ਰਹੇ ਨੇ ਵੀ ਰੋਡ ਜਾਮ ਹੋ ਰਿਹਾ ਅਤੇ ਇਸ ਬੱਚੇ ਦੇ ਬਾਰੇ ਕੋਈ ਨਹੀਂ ਆ ਕੇ ਪ੍ਰਸ਼ਾਸਨ ਦਾ ਬੰਦਾ ਵੀ ਇਹਦੇ ਮਾਂ ਬਾਪਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਇਨਸਾਫ ਦਵਾ ਸਕੇ। ਟਿੱਪਰ ਵਾਲਾ ਕੋਈ ਨਹੀਂ ਆਇਆ ਜੀ, ਨਾ ਟਿੱਪਰ ਦਾ ਕੋਈ ਮਾਲਕ ਆਇਆ। ਇਹ ਗੌਰਮੈਂਟ ਨੇ ਐਡਾ ਵੱਡਾ ਰੋਡ ਬਣਾਉਣ ਦੀ ਤਾਂ ਉਹ ਕਰਤੀ, ਪਰ ਲੋਕਾਂ ਦੇ ਜਿਹੜੇ ਆਲੇ ਦੁਆਲੇ ਵਾਲੇ ਪਿੰਡਾਂ ਦੇ ਨੇੜੇ ਲੱਗਦੇ ਨੇ ਉਹਨਾਂ ਦੀ ਸਹੂਲਤ ਵਾਸਤੇ ਇੱਕ ਫੁੱਟ ਵੀ ਰੋਡ ਚੌੜਾ ਨਹੀਂ ਕੀਤਾ ਵੀ ਤੁਸੀਂ ਆ ਸਕੋ ਅਤੇ ਜਾ ਸਕੋ। ਐਡੇ ਵੱਡੇ ਰੋਡ ਤਾਂ ਬਣਾਉਣ ਲੱਗ ਗਏ, ਠੇਕੇਦਾਰਾਂ ਨੂੰ ਤਾਂ ਪੈਸੇ ਦੇ ਤੇ ਵੀ ਤੁਸੀਂ ਰੱਜੋ ਖਾਓ ਜੋ ਮਰਜ਼ੀ ਕਰੋ, ਬੰਦੇ ਮਾਰੋ ਰੋਡਾਂ 'ਤੇ ਜੋ ਮਰਜ਼ੀ ਕਰੋ, ਰੋਡ ਬਣਾ ਦਿਉ ਇਹਦਾ। ਪਰ ਜਿਹੜੀ ਆਹ ਰੋਡ ਹੈ ਇਹ ਇੱਕ ਆਮ ਨੋਰਮਲ ਰੋਡ ਹੈ ਕਿ ਉਹਨਾਂ ਦਾ ਫਰਜ਼ ਨਹੀਂ ਬਣਦਾ ਵੀ ਪਹਿਲਾਂ ਇਹਨੂੰ ਦੋ ਫੁੱਟ ਆਲੇ ਦੁਆਲੇ ਚੌੜੀ ਕਰੋ ਜਾਂ ਇਹਦੇ ਆਲੇ ਦੁਆਲੇ ਸਾਫ਼ ਸਫਾਈ ਕਰੋ। ਰਾਤ ਨੂੰ ਇੱਥੋਂ ਦੇਖਦਾ ਨਹੀਂ ਹੈਗਾ, ਇਹਨਾਂ ਦੀਆਂ ਤੇਜ਼ ਇੰਨੀਆਂ ਲਾਈਟਾਂ ਨੇ, ਇੰਨੇ ਤੇਜ਼ ਇਹ ਚੱਲਦੇ ਨੇ, ਅੰਨੇ ਬਾਹ ਚੱਲਦੇ ਨੇ, ਇਹ ਨਸ਼ਾ ਖਾ ਕੇ ਚੱਲਦੇ ਨੇ। ਠੀਕ ਹੈ, ਅਗਲੀ ਕਾਰਵਾਈ ਇਹੀ ਹੈ ਵੀ ਜੇ 2-4 ਘੰਟਿਆਂ 'ਚ ਸਾਡਾ ਕੋਈ ਨਾ ਹੱਲ ਹੋਇਆ ਅਸੀਂ ਸੰਗਰੂਰ ਰੋਡ ਵੀ ਜਾਮ ਕਰਾਂਗੇ। ਲੋਕਾਂ ਨੇ ਇਹ ਵੀ ਆਖਿਆ ਕਿ ਪ੍ਰਸ਼ਾਸਨ ਨੇ ਭਾਵੇਂ ਕਾਰਵਾਈ ਕਰ ਦਿੱਤੀ ਹੈ ਪਰ ਟਿੱਪਰ ਵਾਲਿਆਂ ਦੀ ਕਾਰਵਾਈ ਕਰਕੇ ਲੋਕਾਂ ਵਿੱਚ ਭਾਰੀ ਰੋਸ ਹੈ ਕਿਉਂਕਿ ਇਹ ਤੇਜ਼ ਚਲਾਉਂਦੇ ਨੇ। ਫਿਰ ਟੱਕਰ ਮਾਰਨ ਤੋਂ ਬਾਅਦ ਟਿੱਪਰ ਚਾਲਕ ਨੇ ਟਿੱਪਰ ਰੋਕਿਆ ਨਹੀਂ ਬਲਕਿ ਮੁੰਡੇ ਨੂੰ ਘਸੀਟ ਕੇ ਲੈ ਗਿਆ। ਅਸੀਂ ਤਾਂ ਪ੍ਰਸ਼ਾਸਨ ਤੋਂ ਇਹ ਮੰਗ ਤੇ ਜਿਹੜੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਜਿਹੜਾ ਇਹਨਾਂ ਨੂੰ ਜਿਹੜਾ ਕਾਰਵਾਈ ਤਾਂ ਪ੍ਰਸ਼ਾਸਨ ਨੇ ਕਰਤੀ, ਮੰਨ ਲਓ ਡਰਾਈਵਰ ਫੜ ਲਿਆ, ਮਾਲਕ ਵੀ ਆ ਗਿਆ ਸੀ, ਗੱਡੀ ਉਹਨਾਂ ਦੇ ਕਬਜ਼ੇ 'ਚ ਆ ਖੜੀ ਆ, ਉਹਦੇ ਮੰਨ ਲਓ FIR ਕੱਟਤੀ। ਉਹਦੇ ਸੰਬੰਧ 'ਚ ਸਮੁੱਚੇ ਨਗਰ ਨੂੰ ਹਜੇ ਵੀ ਗੁੱਸਾ ਵੀ ਉਹਨੂੰ ਉਰੇ ਲਿਆਂਦਾ ਜਾਵੇ, ਗੁੱਸਾ ਹੈ ਪਰਿਵਾਰ ਦਾ ਕਿਉਂਕਿ ਪਰਿਵਾਰ ਦਾ ਨੌਜਵਾਨ ਬੱਚਾ ਗਿਆ, ਉਹ ਸਾਰੇ ਨਗਰ ਨੂੰ ਗੁੱਸਾ। ਗੁੱਸਾ ਕਿਉਂ ਆਇਆ ਡਰਾਈਵਰ 'ਤੇ ਵੀ ਜੇ ਐਕਸੀਡੈਂਟ ਹੁੰਦਾ ਤਾਂ ਰੋਜ਼ ਹੀ ਹੁੰਦੇ ਨੇ ਸੜਕਾਂ 'ਤੇ, ਆਪਾਂ ਸਾਰੇ ਫਿਰਦੇ ਹਾਂ, ਪਰ ਗੱਲ ਇਹ ਆ ਵੀ ਉਹਨੇ ਐਕਸੀਡੈਂਟ ਹੋ ਕੇ ਉਸ ਤੋਂ ਬਾਅਦ ਰੋਕਿਆ ਨਹੀਂ, ਖਿੱਚ ਕੇ ਲਗਾਉਣ ਸਰ ਦੇ ਨੂੰ ਰੋਕਿਆ, ਜੇ ਜਦੋਂ ਉਸ 'ਚ ਵੱਜਿਆ ਉਦੋਂ ਰੋਕ ਲੈਂਦਾ ਹੋ ਸਕਦਾ ਸਾਡਾ ਬੱਚਾ ਬਚ ਜਾਂਦਾ। ਉਧਰ ਪੁਲਿਸ ਨੇ ਭੜਕੇ ਹੋਏ ਲੋਕਾਂ ਨੂੰ ਆਖਿਆ ਕਿ ਉਹ ਰੋਡ ਤੋਂ ਧਰਨਾ ਚੁੱਕ ਦੇਣਗੇ ਕਿਉਂਕਿ ਪੁਲਿਸ ਨੇ ਕਾਨੂੰਨ ਅਨੁਸਾਰ ਮੁਲਜ਼ਮ ਤੇ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫਤਾਰ ਕਰ ਲਿਆ, ਪਰ ਲੋਕ ਕਾਫੀ ਦੇਰ ਤੱਕ ਪੁਲਿਸ ਨਾਲ ਉਲਝਦੇ ਰਹੇ। ਆਪਾਂ ਜਿਹੜਾ ਚੀਜ਼ ਹੈ ਤੁਹਾਡੀ ਕਾਰਵਾਈ ਠੋਕ ਕੇ ਕਰਤੀ ਹੈ, ਇਹਨਾਂ ਨੂੰ ਜਿਹੜਾ ਐਕਿਊਜ਼ਡ ਹੈ ਉਹ ਵੀ ਹਵਾਲਾ 'ਚ ਬੰਦ ਹੈ, ਉਹ ਵੀ ਦਿਖਾਤਾ ਹੈ, ਜਿਹੜਾ ਜਿਹਦੇ ਨਾਲ ਵਹੀਕਲ ਨਾਲ ਐਕਸੀਡੈਂਟ ਹੋਇਆ ਉਹ ਵੀ ਕਬਜ਼ੇ 'ਚ ਹੈ ਜੀ। ਪਰ ਸਾਡਾ ਕੋਈ ਹੱਲ ਨਹੀਂ ਨਾ, ਮੇਰੇ ਬੱਚੇ ਦਾ ਮੇਰਾ ਕੋਈ ਹੱਲ ਨਹੀਂ ਨਾ, ਮੇਰੀ ਗੱਲ ਸੁਣੋ, ਮੇਰਾ ਮੇਰੇ ਘਰ ਵਾਲਾ ਤਾਂ ਖਤਮ ਹੋ ਗਿਆ। ਦੱਸ ਦੇਈਏ ਕਿ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸੰਗਰੂਰ ਹਸਪਤਾਲ ਭੇਜ ਦਿੱਤਾ, ਜਿਸ ਮਗਰੋਂ ਪੁਲਿਸ ਦੇ ਭਰੋਸੇ ਤੇ ਲੋਕਾਂ ਨੇ ਰੋਡ ਤੋਂ ਧਰਨਾ ਪ੍ਰਦਰਸ਼ਨ ਖਤਮ ਕਰ ਦਿੱਤਾ। ਸੰਗਰੂਰ ਤੋਂ ਜਸਵੀਰ ਸਿੰਘ ਮਾਨ ਦੀ ਰਿਪੋਰਟ, ਹਮਦਰਦ TV।